ਇਹ ਬੈਰੋਵਾਲ ਥਾਣੇ ਵਿੱਚ ਪਿੰਡ ਪੈਂਦਾ ਬੈਰੋਵਾਲ ਆਇਆ, ਉੱਥੋਂ ਬੱਚਾ ਕਿਡਨੈਪ ਹੋਇਆ ਸੀ 17 ਨੂੰ, ਅਤੇ 18 ਤਰੀਕ ਨੂੰ ਉੱਥੇ 365 ਚੌਂਤੀ AED ਦਾ ਪਰਚਾ ਦਰਜ ਹੋਇਆ। ਅਤੇ ਵਜ੍ਹਾ ਇਹ ਸੀ ਕਿ ਜਰਨੈਲ ਸਿੰਘ ਦੋਸ਼ੀ ਜਿਹੜਾ ਫੜਿਆ ਗਿਆ ਜਦੋਂ ਬੱਚਾ, ਇਹਦੀ ਸਾਰੇ ਪੰਜਾਬ ਵਿੱਚ ਵਾਇਰਲਸ ਹੋ ਗਈ ਸੀਗੀ ਵੀ ਇੱਕ ਬੰਦਾ ਇੱਦਾਂ ਕਰਕੇ ਬੱਚੇ ਨੂੰ ਅਗਵਾ ਕਰਕੇ ਮੋਟਰਸਾਈਕਲ 'ਤੇ ਲੈ ਕੇ ਜਾ ਰਿਹਾ, ਜਿਸ ਸੰਬੰਧੀ ਪੁਲਿਸ ਨੇ ਨਾਕਾਬੰਦੀ ਕੀਤੀ ਹੋਈ ਸੀ। ਅੱਜ ਨਾਕਾਬੰਦੀ ਦੌਰਾਨ ਸਾਡੇ ਮੋਟਰਸਾਈਕਲ PCR ਮੋਟਰਸਾਈਕਲ ਹੌਲਦਾਰ ਕੇਵਲ ਸਿੰਘ ਨੇ ਅਤੇ ਸਮੇਤ ਉਹਦੇ ਸਾਥੀ ਦੇ, ਜਦੋਂ ਇਹ ਜੈਤੋ ਰੋਡ ਤੋਂ ਆ ਰਿਹਾ ਸੀਗਾ ਅਤੇ ਨਾਕੇ ਦੌਰਾਨ ਇਹਨੂੰ ਘੇਰ ਲਿਆ, ਜਿਹੜਾ ਕਿ ਉਹਨੂੰ ਸ਼ੱਕ ਪੈਣ 'ਤੇ ਜਦੋਂ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਉਹਨੇ ਘੇਰ ਕੇ ਇਹਨੂੰ ਅਰੈਸਟ ਕੀਤਾ। ਅਤੇ ਇਸ ਸੰਬੰਧੀ ਫਿਰ ਇੰਟੀਮੇਸ਼ਨ ਦੇ ਕੇ ਅਸੀਂ ਥਾਣਾ ਬੈਰੋਵਾਲ ਤੋਂ ਪਤਾ ਕੀਤਾ, ਜਿਹੜਾ ਕਿ ਉੱਥੋਂ ਵੀ ਬੱਚੇ ਦੇ ਆ ਗਏ ਨੇ, ਪੇਰੈਂਟਸ ਵੀ ਆ ਗਏ ਨੇ ਅਤੇ ਪੁਲਿਸ ਵੀ ਆ ਗਈ ਆ, ਜਿਨ੍ਹਾਂ ਨੇ ਸ਼ਨਾਖਤ ਕਰ ਲਿਆ। ਇਹ ਜਿਹੜੀ ਇਹ ਗੱਲ ਪਤਾ ਲੱਗੀ ਹੈ ਵੀ ਇਹਨੇ ਜਰਨੈਲ ਸਿੰਘ ਨੇ ਜਸਵੀਰ ਸਿੰਘ ਨੇ ਦੀ ਹਾਜ਼ਰੀ ਵਿੱਚ ਆੜ੍ਹਤਿਆ ਸੀਗਾ, ਜਿਹੜਾ ਜਸਵੀਰ ਸਿੰਘ ਜਿਸਦਾ ਬੇਟਾ ਇਹਨੇ ਕਿਡਨੈਪ ਕੀਤਾ ਸੀ, ਉਹਨੇ ਪੈਸੇ ਦਵਾਏ ਸੀ, ਇਹਦੀ ਵਿੱਚ ਗਵਾਹੀ ਸੀਗੀ, ਉਹ 1 ਲੱਖ ਰੁਪਏ ਜਿਹੜਾ ਉਹਨੇ ਆਪਦੀ ਗਵਾਹੀ 'ਤੇ ਦਵਾਏ ਸੀ ਉਹ ਵਾਪਸ ਕਰਾਤਾ ਸੀਗਾ। ਜਰਨੈਲ ਸਿੰਘ ਮੰਗ ਕਰਦਾ ਸੀਗਾ ਵੀ ਤੂੰ ਮੇਰੇ ਜਿਹੜਾ ਉਹਨੇ ਆੜ੍ਹਤੀ ਨੇ ਉੱਥੇ ਕੇਸ ਕੀਤਾ ਸੀ ਕੋਰਟ 'ਚ ਵੀ ਤੂੰ ਮੇਰੀ ਗਵਾਹੀ ਦੇ ਵੀ ਮੈਂ ਸਾਰੇ ਪੈਸੇ ਦੇ ਚੁੱਕਿਆ, ਜਿਹੜਾ ਕਿ ਉਹਨੇ ਕਿਹਾ ਵੀ ਮੈਂ ਇਹ ਗਵਾਹੀ ਨਹੀਂ ਦਊਂਗਾ। ਇਸੇ ਵਜ੍ਹਾ ਕਰਕੇ ਉਹਨੇ, ਉਹਦਾ ਪਹਿਲਾਂ ਜਾਣ ਪਛਾਣ ਸੀ ਉਹਦੀ, ਇਸ ਕਰਕੇ ਉਹਨੇ ਬੱਚੇ ਨੂੰ ਕਿਡਨੈਪ ਕਰ ਲਿਆ ਸੀ। ਇਹਨਾਂ ਦਾ ਪਿੰਡ ਦਾ ਹੀ ਗੁਆਂਢੀ ਆ ਜਰਨੈਲ ਸਿੰਘ, ਅਤੇ ਉਹ ਇਸ ਮੁਕੱਦਮਾ ਦਰਜ ਹੋਇਆ ਉੱਥੇ 365 ਦਾ ਥਾਣਾ ਬੈਰੋਵਾਲ। ਮੈਂ ਟਿਊਸ਼ਨ 'ਤੇ ਗਿਆ ਸੀ ਅਤੇ ਉਹ ਹੁਣ ਥੋੜ੍ਹੀ ਕੁ ਦੇਰ ਬਾਅਦ ਆ ਗਏ ਅਤੇ ਮੈਨੂੰ ਲੈ ਗਏ। ਪਹਿਲਾਂ ਕਹਿੰਦੇ ਤੁਹਾਡੇ ਘਰ ਪ੍ਰਾਹੁਣੇ ਆਏ ਆ ਅਤੇ ਆਪਾਂ ਚੱਲੀਏ। ਫਿਰ ਉੱਥੇ ਪਰਲੇ ਬੈਰੋਵਾਲ ਲੈ ਗਏ, ਪਰਲੇ ਬੈਰ ਥਾਣੇ, ਅਤੇ ਫਿਰ ਉੱਥੇ ਮੋਟਰਸਾਈਕਲ ਰੋਕਿਆ ਅਤੇ ਕਹਿੰਦੇ ਉੱਥੇ ਅਮਰੂਦ ਉਹਦਾ ਮੁੰਡਾ ਖਾਣ ਰਿਹਾ ਸੀ ਅਤੇ ਮੈਂ ਤਾਂ ਇਹਦੇ ਪਿੱਛੇ ਸੀ ਅਤੇ ਫਿਰ ਗੱਲ ਸੁਣੀ ਪਾਪਾ ਨੂੰ ਦੱਸੀ। ਪਾਪਾ ਨੂੰ ਕਹਿੰਦੇ ਮੈਂ 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 ਵੀ ਮਰ ਜਾਣਾ ਤੇਰੇ ਨਿਆਣੇ ਦੁਆਰੇ। ਫਿਰ ਆਪਣੇ ਸਹੁਰੇ ਪਿੰਡ ਗਏ ਅਤੇ ਉੱਥੇ ਮੈਨੂੰ ਅੱਜ ਰਾਤੀ ਰਾਤੀ ਮੈਂ ਕਿਹਾ ਪਿੰਡ ਚੱਲੀ ਆ, ਉਹ ਕਹਿੰਦੇ ਜਾਂਦੇ ਆ ਅਤੇ ਬਾਅਦ ਪਿੰਡ ਗਏ। ਪਾਇਆ ਸੀ ਅਤੇ ਫਿਰ ਦਬਕਾ ਮਾਰਤਾ ਗਿਆ, ਕਹਿੰਦੇ ਜੇ ਬੋਲਿਆ ਮੈਂ ਮਾਰਨਾ ਹੀ। ਇਹ ਜੀ ਘਰੋਂ ਟਿਊਸ਼ਨ ਪੜ੍ਹਨ ਗਿਆ ਸੀ, ਟਿਊਸ਼ਨ ਵਾਲੇ ਘਰੋਂ ਹੀ ਇਹਨੂੰ ਗਵਾਹ ਕਰਕੇ ਲੈ ਗਿਆ। ਕਹਿੰਦਾ ਸੀ ਕਿਹਾ ਵੀ ਤੁਹਾਡੇ ਘਰ ਪ੍ਰਾਹੁਣੇ ਆਏ ਆ ਅਤੇ ਤੇਰੀ ਦਾਦੀ ਬੁਲਾਉਂਦੇ ਆ ਘਰੇ, ਅਤੇ ਇਹਨੂੰ ਨਿਆਣੇ ਨੂੰ ਕੀ ਪਤਾ ਸੀ, ਨਾਲ ਬਹਿ ਗਿਆ ਅਤੇ ਮੁੜਕੇ ਇਹਨੂੰ ਗਵਾਹ ਕਰਕੇ ਲੈ ਗਿਆ। ਪਹਿਲਾਂ ਦਿੰਦਾ ਧਮਕੀਆਂ ਅਤੇ ਉੱਦਣ ਦਾ ਮੁੜ ਕੇ ਫੋਨ ਕੱਟ ਦਿੰਦਾ ਗਾੜੀ, ਅਤੇ ਅੱਜ ਧਮਕੀਆਂ ਦਿੰਦਾ ਸੀ ਵੀ ਜੇ ਤੁਸੀਂ ਮੇਰੇ ਘਰ ਦੇ ਨਾਂ ਛਡਾਏ ਵਾਰ ਵਾਰ ਥਾਣੇ ਫੜੇ ਆ ਅਤੇ ਫਿਰ ਮੈਂ ਵੀ ਕੋਈ ਖਾ ਲੈਣਾ ਅਤੇ ਤੁਹਾਡੇ ਬੱਚੇ ਨੂੰ ਕੋਈ ਦੇ ਦੇਣਾ। ਇਹ ਸਾਡੇ ਗੁਆਂਢ ਜੀ ਹੈ ਜੀ, ਸਾਂਸੀ ਸਿੰਘ, ਇਹਨਾਂ ਨੂੰ ਮੈਂ ਨਾ ਇਹ ਵਾਈ ਕਰਦਾ ਵਿੱਚ ਥੋੜ੍ਹਾ ਚਿਰ ਅਤੇ ਆੜ੍ਹਤੀ ਕੋਲ 1 ਲੱਖ ਰੁਪਇਆ ਦਵਾਇਆ ਹੈ, ਅਤੇ ਉਹ ਜਿਹੜਾ ਮਤਲਬ ਕਹਿੰਦਾ ਹੈਗਾ ਵੀ ਇਹ ਵਾਪਸ ਨਹੀਂ ਕਰਦਾ ਪੈਸੇ, ਕਹਿੰਦਾ ਹੈਗਾ ਵੀ ਤੂੰ ਗਵਾਹੀ ਦੇ ਦੇ ਵੀ ਮੈਂ ਪੈਸੇ ਦੇ ਤੇ ਜੋ ਮੇਰੀ ਗਵਾਹੀ ਦੇ ਉੱਤੇ, ਇਸ ਕਰਕੇ ਬੱਚੇ ਨੂੰ ਗਵਾਹ ਕਰਕੇ ਲੈ ਗਏ। ਇਹਨਾਂ ਦੇ ਫੋਨ ਤੋਂ ਟਰੇਸ ਤੋਂ ਹੋਇਆ ਸੀ, ਕਾਲਾਂ ਟਰੇਸ ਹੋਈਆਂ ਸੀ ਅਤੇ ਤਾਂ ਫਿਰ ਪਤਾ ਲੱਗਦਾ ਗਿਆ। ਮਗਰ ਅਸੀਂ ਬੈਰੋਵਾਲ ਬਾਵੇਂ ਦੇ ਰਹਿਣ ਵਾਲੇ, ਤਰਨ ਤਾਰਨ ਜ਼ਿਲ੍ਹਾ ਹੈ। ਕੀ ਚਾਹੁੰਦੇ ਹੋ ਇਸ ਦੇ ਖਿਲਾਫ਼ ਤੁਸੀਂ? ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਇਹਦੇ ਖਿਲਾਫ਼।